ਜੀ ਚਾਚੂ ਜੀ ਦੱਸੋ ਕੰਮ ਸ਼ਮ ਸਾਡਾ ਪਸੰਦ ਆਇਆ ਤੁਹਾਨੂੰ? ਜੀ ਇਨਸ਼ਾਅੱਲਾ ਠੀਕ ਠਾਕ ਪਸੰਦ ਆਇਆ। ਤੁਸੀਂ ਯੂਟਿਊਬ ਤੋਂ ਨੈਟ ਤੋਂ ਹੀ ਵੇਖ ਕੇ ਸਾਡੇ ਨਾਲ ਰਾਬਤਾ ਕੀਤਾ ਸੀ, ਕੰਮ ਟਾਈਮ ਤੇ ਸਹੀ ਹੋ ਗਿਆ ਜੀ ਇਨਸ਼ਾਅੱਲਾ। ਚਲੋ ਇਹ ਖਾਰੀਆਂ ਕਾ ਜੀ ਗਾਉਂ ਹੈ ਚੱਕ ਮਿਆਨਾ ਜਿਸ ਮੇਂ ਹਮਨੇ ਯੇ ਕਾਮ ਕੀਆ ਔਰ ਯੇ ਹਮਾਰੇ ਯੂਟਿਊਬ ਕੇ ਕਸਟਮਰ ਥੇ। ਅਸਲਾਮ ਅਲੈਕਮ, ਲੱਖੋਂ ਕਰੋੜੋਂ ਦੋ ਦੋ ਸਲਾਮ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਪਰ ਔਰ ਆਪਕੀ ਆਲ ਪਰ। ਵਿਊਜ਼ ਕਿਆ ਹਾਲ ਆਪਕਾ, ਸਭ ਖੈਰੀਅਤ ਸੇ ਹੈ? ਆਜ ਮੈਂ ਮੌਜੂਦ ਹੂੰ ਖਾਰੀਆਂ ਮੇਂ। ਇਹ ਖਾਰੀਆਂ ਮੇਂ ਹਮਨੇ ਏਕ ਕੋਠੀ ਕਾ ਕਾਮ ਕੰਪਲੀਟ ਕੀਆ, ਡੋਰ ਕਾ ਔਰ ਗਲਾਸ ਕਾ ਔਰ ਸਾਰੇ ਵਾਸ਼ਰੂਮ ਕੇ ਤਮਾਮ ਤਰ ਡੋਰ ਲਗਾਏ ਹੈ ਜੀ। ਇਸਕੇ ਬਾਰੇ ਮੇਂ ਮੈਂ ਆਪਕੋ ਸਾਰੀ ਡਿਟੇਲ ਦੂੰਗਾ, ਕੌਨ ਸੇ ਦਰਵਾਜ਼ੇ ਲਗਾਏ ਹੈ, ਇਹਨੇ ਪਾਲਿਸ਼ ਕੀ ਗਈ ਹੈ, ਇਹਨੇ ਹਾਰਡਵੇਅਰ ਵੀ ਸਾਰਾ ਇੰਸਟਾਲ ਕੀਆ ਗਿਆ। ਯੇ ਆਜ ਕਾਮ ਕੰਪਲੀਟ ਕੀਆ ਗਿਆ, ਮੈਂ ਆਪਕੋ ਇਸਕੇ ਬਾਰੇ ਮੇਂ ਸਾਰੀ ਡਿਟੇਲ ਦੂੰਗਾ, ਇਸਕੀ ਟੋਟਲ ਕਾਸਟ ਵੀ ਬਤਾਊਂਗਾ। ਔਰ ਅਗਰ ਆਪ ਇਸੀ ਤਰ੍ਹਾਂ ਕਾ ਖੂਬਸੂਰਤ ਕਾਮ ਕਰਵਾਉਣਾ ਚਾਹਤੇ ਹੈ ਜਾਂ ਘਰ ਬਣਾ ਰਹੇ ਔਰ ਆਪਕੋ ਦਰਵਾਜ਼ੋਂ ਕੇ ਮੁਤਲਕ ਮਾਲੂਮਾਤ ਚਾਹੀਏ ਤੋ ਮੇਰਾ ਵਟਸਐਪ ਨੰਬਰ ਸਕਰੀਨ ਪੇ ਚੱਲ ਰਿਹਾ ਹੈ, ਮੁਝ ਸੇ ਰਾਬਤਾ ਕਰ ਸਕਤੇ ਹੈ ਯਾ ਮੇਰਾ ਚੈਨਲ ਵਿਜ਼ਿਟ ਕਰ ਸਕਤੇ ਹੈ। ਤੇ ਆਏ ਮੈਂ ਆਪਕੋ ਬਤਾਤਾ ਹੂੰ ਕਿ ਇਸ ਘਰ ਮੇਂ ਹਮਨੇ ਕੌਨ ਸਾ ਕਾਮ ਕੀਆ ਹੈ, ਕੌਨ ਸੇ ਦਰਵਾਜ਼ੇ ਲਗਾਏ ਹੈ ਔਰ ਉਨਕੀ ਕਿਆ ਕਿਆ ਕਾਸਟ ਆਈ ਹੈ। ਵਿਊਅਰਜ਼, ਯੇ ਇਨਕਾ ਡਰਾਇੰਗ ਕਾ ਆਪ ਦੇਖ ਸਕਤੇ ਹੈ, ਇਸਕੇ ਸਾਥ ਬੀਡਿੰਗ ਲਗੀ ਹੈ, ਪੀ ਵੀ ਸੀ ਕੀ ਫਾਈਬਰ ਡੋਰ ਹੈ ਔਰ ਉੱਪਰ ਰੋਸ਼ਨਦਾਨ ਹੈ। ਅਗਰ ਮੇਨ ਡੋਰ ਕੀ ਬਾਤ ਕਰੇ ਤੋ ਜੈਸੇ ਆਪਨੇ ਦੇਖਾ ਕਿ ਯੇ ਮੇਨ ਡੋਰ ਸਾਈਡ ਪੇ ਸਾਰਾ ਲੱਕੜੀ ਕੇ ਫਰੇਮ ਔਰ ਉਸਮੇ ਸ਼ੀਸ਼ਾ ਹੈ, ਮਰਕਰੀ ਗਲਾਸ ਔਰ ਬੀਡਿੰਗ ਲੱਗੀ ਹੈ ਖੂਬਸੂਰਤ। ਔਰ ਯੇ ਫਾਈਬਰ ਡੋਰ ਹੈ ਮੈਟ ਪਾਲਿਸ਼ ਮੇਂ ਮੇਨ ਡੋਰ। ਇਸੀ ਕੇ ਸਾਥ ਘਰ ਕੇ ਅੰਦਰ ਸਾਰੇ ਦਰਵਾਜ਼ੇ ਮੈਂ ਆਪਕੋ ਦਿਖਾਤਾ ਹੂੰ। ਯੇ ਇਸਮੇਂ ਲਾਰਜ ਸਾਈਜ਼ ਬਰਾਸ ਕਾ ਲਾਕ ਲਗਾਇਆ ਗਿਆ ਹੈ, ਯੇ ਫੁੱਲ ਬਰਾਸ ਮੇਂ ਹੈ, ਇਸਕੀ ਕੀਜ਼ ਇਸਕਾ ਸਿਲੰਡਰ ਬਰਾਸ ਮੇਂ ਹੈ, ਪੀਤਲ ਮੇਂ। ਯੇ ਆਪ ਦੇਖ ਸਕਤੇ ਹੈਂ ਯੇ ਡਬਲ ਸਾਈਡ ਡੋਰ ਹੋਤੇ ਹੈਂ, ਇਸਕਾ ਬਾਹਰ ਔਰ ਅੰਦਰ ਸੇਮ ਡਿਜ਼ਾਇਨ ਹੈ, ਅੰਟੀਕ ਪਾਲਿਸ਼ ਕੀ ਗਈ ਹੈ ਗੋਲਡਨ ਔਰ ਮੈਟ। ਜਿਸ ਤਰ੍ਹਾਂ ਬਾਹਰ ਇਸਕੇ ਬੀਡਿੰਗ ਲਗਾਈ ਗਈ ਹੈ ਰੋਸ਼ਨਦਾਨ ਹੈ, ਇਸੀ ਤਰ੍ਹਾਂ ਅੰਦਰ ਵੀ ਬੀਡਿੰਗ ਰੋਸ਼ਨਦਾਨ ਹੈ। ਇਹ ਆਪਕੋ ਮੈਂ ਚੈੱਕ ਕਰਵਾ ਦਿੱਤਾ, ਬਾਹਰ ਮਰਕਰੀ ਗਲਾਸ ਹੈ, ਅੰਦਰ ਟਰਾਂਸਪੇਰੈਂਟ ਹੈ, ਖੂਬਸੂਰਤ ਹੈਂਡਲ। ਯੇ ਡਬਲ ਸਾਈਡਿਡ ਰੋਸ਼ਨਦਾਨ, ਯੇ ਮੇਨ, ਮੈਂ ਆਪਕੋ ਇਸਕੀ ਮੁਕੰਮਲ ਲੁੱਕ ਦਿਖਾਤਾ ਹੂੰ। ਯੇ ਦੇਖ, ਯੇ ਹਾਲ ਸਾਈਡ ਹੈ, ਬਾਹਰ ਸਾਈਡ ਆਪਨੇ ਦੇਖੀ ਹੈ। ਇਸਕੇ ਸਾਥ ਅਗਰ ਦੇਖੇ, ਯੇ ਬੈਡਰੂਮ ਡੋਰ ਹੈ, ਯੇ ਆਪ ਦੇਖ ਸਕਤੇ ਹੈਂ, ਇਸਮੇਂ ਵਹੀ ਪੀ ਵੀ ਸੀ ਕੀ ਬੀਡਿੰਗ, ਮੈਂ ਆਪਕੋ ਕਰੀਬ ਸੇ ਦਿਖਾਤਾ ਹੂੰ। ਯੇ ਵਾਸ਼ੇਬਲ ਹੈ, ਯੇ ਪਾਣੀ ਸੇ ਧੂਪ ਸੇ ਖਰਾਬ ਨਹੀਂ ਹੋਗੀ ਔਰ ਯੇ ਆਪ ਦੇਖ ਸਕਤੇ ਹੈਂ ਅੰਟੀਕ ਗੋਲਡਨ ਪਾਲਿਸ਼ ਔਰ ਯੇ ਫਾਈਬਰ ਡੋਰ ਹੈ, ਡਬਲ ਸਾਈਡ ਡਿਜ਼ਾਇਨ, ਉਸੀ ਤਰ੍ਹਾਂ ਇਸੇ ਵੀ ਬਰਾਸ ਲਾਕ ਲਗਾਇਆ ਗਿਆ, ਜਿਸਕੀ ਕੀਜ਼ ਔਰ ਸਿਲੰਡਰ ਵੀ ਬਰਾਸ ਮੇਂ ਹੈ। ਯੇ ਬੈਰਿੰਗ ਕਬਜ਼ੇ ਲਗਾਏ ਗਏ ਹੈਂ, ਆਮ ਸਿੰਪਲ ਕਬਜ਼ੇ ਨਹੀਂ ਹੈ ਔਰ ਡੋਲ ਕਾ ਡਬਲ ਡਿਜ਼ਾਇਨ, ਅੰਦਰ ਵੀ ਔਰ ਬਾਹਰ ਵੀ ਸੇਮ। ਇਸੀ ਤਰ੍ਹਾਂ ਅਗਰ ਵਾਸ਼ਰੂਮ ਕੀ ਬਾਤ ਕੀ ਜਾਏ ਤੋ ਦੇਖੇ, ਯੇ ਇਸੇ ਵੀ ਬੀਡਿੰਗ ਔਰ ਸਾਥ ਮੇਂ ਪੀ ਵੀ ਸੀ ਕਾ ਡੋਰ ਇੰਸਟਾਲ ਕੀਆ ਗਿਆ। ਯੇ ਪੀ ਵੀ ਸੀ ਨਿਊ ਡਿਜ਼ਾਇਨ ਮੇਂ ਪੀ ਵੀ ਸੀ ਆਇਆ, ਯੇ ਬਹੁਤ ਹਾਈ ਕੁਆਲਿਟੀ ਹੈ, ਯੇ ਪਾਣੀ ਸੇ ਧੂਪ ਸੇ ਖਰਾਬ ਨਹੀਂ ਹੋਤਾ ਔਰ ਵਾਸ਼ੇਬਲ ਹੈ, ਆਪ ਇਸੇ ਵਾਸ਼ ਵੀ ਕਰ ਸਕਤੇ ਹੈਂ, ਲਾਕ ਵੀ ਲਗਾ ਸਕਤੇ ਹੈਂ। ਯੇ ਡਰਾਇੰਗ ਕਾ ਪੀ ਵੀ ਸੀ ਕਾ। ਇਨਕੇ ਵਾਸ਼ਰੂਮ ਕੀ ਬਾਤ ਕਰੇ ਤੋ ਯੇ ਵਾਸ਼ਰੂਮ ਕੇ ਸਾਥ ਇਨ ਸਾਈਡ ਡੋਰ ਹੈ, ਯੇ ਹਮਨੇ ਗਲਾਸ ਮੇਂ ਲਗਾਇਆ ਹੈ, ਇਹ ਗਲਾਸ ਲਗਾਇਆ ਗਿਆ ਹੈ ਔਰ ਸਾਥ ਮੇਂ ਇਸਕੇ ਸਾਥ ਵੁੱਡ ਕਾ ਫਰੇਮ ਹੈ। ਮੈਂ ਆਪਕੋ ਯੇ ਵਾਸ਼ਰੂਮ ਕੇ ਅੰਦਰ ਸੇ ਦਿਖਾਤਾ ਹੂੰ, ਯੇ ਵੁੱਡ ਕਾ ਫਰੇਮ ਹੈ ਔਰ ਸਾਥ ਮੇਂ ਸ਼ੀਸ਼ਾ ਲਗਾਇਆ ਗਿਆ, ਚੁਟਕੀ ਖੂਬਸੂਰਤ ਹੈਂਡਲ। ਯੇ ਦੇਖੇ ਹਾਲ ਕਾ ਵਿਊ, ਯੇ ਅਭੀ ਥੋੜਾ ਸਾ ਕਾਮ ਉਨਕਾ ਕੰਪਲੀਟ ਕਰ ਰਹਾ ਥਾ, ਹਮਨੇ ਆਪਣਾ ਕਾਮ ਫਾਈਨਲ ਕਰ ਦਿਆ। ਯੇ ਦੋ ਬੈਡਰੂਮ ਹੈ ਸਾਹਮਣੇ ਦੇਖੇ, ਇੱਕ ਸਾਥ ਕਿਤਨੇ ਖੂਬਸੂਰਤ ਲੱਗ ਰਹੇ ਹੈਂ, ਮੈਟ ਪਾਲਿਸ਼ ਮੇਂ ਫਾਈਬਰ। ਯੇ ਲਾਈਫ ਟਾਈਮ ਗਰੰਟੀ ਮੇਂ ਆਤੇ ਹੈ, ਨਾ ਪਾਣੀ ਸੇ ਖਰਾਬ ਹੋਗੇ, ਨਾ ਧੂਪ ਸੇ ਖਰਾਬ ਹੋਗੇ, ਨਾ ਇਨਕੋ ਕੀੜਾ ਲੱਗੇਗਾ ਇਨਸ਼ਾਅੱਲਾ। ਕੀ ਖੂਬਸੂਰਤੀ ਆਪ ਦੇਖ ਸਕਤੇ ਹੈਂ, ਯੇ ਹਾਲ ਮੇਂ ਵਾਸ਼ਰੂਮ, ਪੀ ਵੀ ਸੀ ਕਾ ਡੋਰ ਹੈ, ਪੀ ਵੀ ਸੀ ਨਿਊ ਡਿਜ਼ਾਇਨ। ਇਸੀ ਤਰ੍ਹਾਂ ਯੇ ਹਾਲ ਮੇਂ ਕਿਚਨ ਡੋਰ ਹੈ ਜੀ। ਵਿਊਜ਼, ਪਹਿਲੇ ਮੈਂ ਗਰਾਊਂਡ ਫਲੋਰ ਪੇ ਥਾ, ਮੈਂ ਫਸਟ ਫਲੋਰ ਪੇ ਆਇਆ ਹੂੰ। ਯੇ ਵੀ ਉਸੀ ਤਰ੍ਹਾਂ ਸੇਮ ਡਬਲ 5 ਫੁੱਟ ਬਾਈ 7 ਫੁੱਟ ਕਾ ਡੋਰ ਫਾਈਬਰ ਮੇਂ, ਡਬਲ ਸਾਈਡ ਡਿਜ਼ਾਇਨ, ਮੈਟ ਪਾਲਿਸ਼, ਇੰਟੀਕ। ਇਸਮੇਂ ਵੀ ਗਲਾਸ ਇੰਸਟਾਲ ਕੀਆ ਗਿਆ ਔਰ ਸਾਥ ਮੇਂ ਬੀਡਿੰਗ। ਅਸਲ ਮੇਂ ਬੀਡਿੰਗ ਲੱਗਣੇ ਸੇ ਜੋ ਦਰਵਾਜ਼ੇ ਕਾ ਜੋ ਖੂਬਸੂਰਤੀ ਹੈ ਵੋ ਡਬਲ ਹੋ ਜਾਂਦੀ ਹੈ।
ये डोर फर्स्ट फ्लोर में टेरेस का डोर है। टेरेस के साथ ये बेडरूम डोर और उसी तरह ये दो बेडरूम एक साथ। आप देख सकते हैं इनकी लुक कितने खूबसूरत है। और साथ में ये पीवीसी डोर हॉल में। ये सेकंड फ्लोर में ये एक स्टोर रूम है, इसे हमने पीवीसी का लगाया क्योंकि ये ओपन है ताकि इस पर अगर बारिश भी आए तो इसे ख़राब ना हो। साथ में ये जी स्टोर रूम, ये भी सेकंड फ्लोर पे है। ये खारियाँ का जी गांव है चक म्याना, जिसमें हमने ये काम किया है। और ये हमारे YouTube के कस्टमर थे तो मैं हमारे काम के मतलब हमारी सर्विस के मतलब जो है रिव्यूज़ ये आप उन्हीं की ज़ुबानी सुने। रिव्यूज ये अंकल नज़ीर हैं, इनके घर हमने काम किया है ये खारिया में। तो इनसे पूछते हैं कि इन्हें हमारी सर्विस, हमारा काम और हमारे लोग ये कैसे लगे हैं। जी चाचू जी दसो काम शाम साडा पसंद आया थानू? जी इंशाल्लाह ठीक ठाक पसंद आया। तुसी YouTube तो नेट तो वेख के साडा राबता कीता सी, काम टाइम तो सही हो गया जी? चलो साडे बारे कोई शिकायत नहीं जी, मेहरबानी। ठीक है, आपने देखा कि ये आनर है इस घर के और ये खूबसूरत काम आप देख रहे हैं। मेन डोर है जैसा कि ये सारे डोर मैंने आपको दिखाए हैं। तो इंशाल्लाह आप अगर आप भी इस तरह का खूबसूरत काम करवाना चाहते हैं तो अभी हमें कॉल करें, व्हाट्सएप करें, इंशाल्लाह आपको घर बैठे ऐसी बेहतरीन सर्विसेज मुहैया होंगी। अगर आपको ये वीडियो अच्छी लगे तो लाइक करें, मेरा चैनल सब्सक्राइब करें। अल्लाह हाफिज़।